राम रस पिया रे, राम रस पिया रे, जहरस। डैडी लव नु पीछे भेज दो जे तुहानू एदा मुश्किल हो रही है। ओ नहीं पुत्तर, बिल्कुल ठीक हां। आ लव पुत्तर ता मेरा मेरी गोदी च बैठेगा। क्यों पुत्तर? हां जी, मैं ता थक गया। ए बलजीत किन्नी होली होली गड्डी चला रिया है, तुसी डांटो ना इनू। ओ पुत्तर, मैं ना इनू डांट डांट के मैं भी थक गया, पर ये आजकल मेरी गल ही नहीं सुनता, तू ही डांट दे ना। 5 साल हो गए तेन साडा काम कर दे, अकल कदाई तेन छेती तू सकता सी, चल खिच ला गड्डी। लो प्रधान साहब दे कॉल आने भी शुरू हो गए, हुण नहीं रुकदे कॉल। हां जी प्रधान जी। हां जी सरदार साहब, कित्थे को पहुंचे जी? उड़ीकां हो रहीयां महाराज तुहाडीयां। ओए साडियां उड़ीकां हो रहीयां कि माया दियां? ओ ना ना, इदां का तो कहने आ, साल बाद आउंदे हो तुसीं तां, सारा पिंड इकट्ठा होया पिया, मीडिया भी बुलाया वा। अच्छा, सरपंच साहब ने तां आउंदे ही सरूपा दी ट्रॉफी अपने कब्जे च कर ले ने, कहंदे मैं आप दूंगा। तुसीं ते मान हो जी साडे पिंड दा। ਪਿੰਡ ਦਾ ਮਾਨ ਨੇ ਤਾਂ ਸਨਮਾਨ ਦੀ ਕੁਆਲਿਟੀ ਦਾ ਵੀ ਧਿਆਨ ਰੱਖਿਆ ਕਰੋ ਪ੍ਰਧਾਨ ਸਾਹਿਬ। ਓ ਮਹਾਰਾਜ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਨਾ ਦੇਖ ਲੋ, ਸੋਨੇ ਦੀ ਪਾਲਕੀ ਦੀ ਸੇਵਾ ਲੈ ਰਹੇ ਹੋ, ਘੱਟੋ ਘੱਟ ਸਰੂਪਾ ਦਾ ਚੰਗੀ ਕੁਆਲਿਟੀ ਦਾ ਹੋਵੇ, ਪਿਛਲੀ ਵਾਰ ਵਾਂਗ। ਨਾ ਜੀ ਨਾ, ਗੁਸਤਾਖੀ ਮਾਫ, ਐਤਕੀ ਤਾਂ ਕੋਈ ਕਮੀ ਨੀ ਰਹਿਣ ਦੇਣੀ, ਗੁਰੂ ਮਹਾਰਾਜ ਦੀਆਂ ਬੇਅੰਤ ਖੁਸ਼ੀਆਂ ਮਿਲਣੀਆਂ ਤੁਹਾਨੂੰ। ਆ ਜਾਓ ਫਿਰ, ਉਡੀਕਦੇ ਪਏ ਆ। ਆ ਗਏ ਆ ਗਏ, ਬਸ ਆ ਗਏ। ਦਾਦੂ ਜੀ, ਸਰੂਪਾ ਕੀ ਹੁੰਦਾ ਹੈ? ਸਰੂਪਾ ਪੁੱਤਰ, ਜਦੋਂ ਗੁਰੂ ਸਾਹਿਬ ਸਾਡੇ ਉੱਤੇ ਖੁਸ਼ ਹੁੰਦੇ ਆ ਨਾ, ਤਾਂ ਪਿਆਰ ਨਾਲ ਸਾਨੂੰ ਇੱਕ ਪ੍ਰਾਈਜ਼ ਦਿੰਦੇ ਆ, ਉਹਨੂੰ ਕਹਿੰਦੇ ਆ ਸਰੂਪਾ। ਨਾਲੇ ਜਿਹੜੇ ਹੁਣ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਨਾ, ਉਹ ਵੀ ਤੇਰੇ ਦਾਦੂ ਜੀ ਨੇ ਬਣਵਾਇਆ ਸੀ, ਤੇ ਹੁਣ ਵੀ ਅਸੀਂ ਬੜੀ ਵੱਡੀ ਸੇਵਾ ਕਰਨ ਜਾ ਰਹੇ ਹਾਂ। ਜਿਵੇਂ ਤੇਰੇ ਫਰੈਂਡ ਵਿਕਰਮ ਨੂੰ ਸਕੂਲ ਵਿੱਚ ਮਿਲਦੇ ਆ ਨਾ ਪ੍ਰਾਈਜ਼ ਚੰਗੇ ਮਾਰਕਸ ਆਉਣ ਤੇ, ਪਰ ਤੈਨੂੰ ਤਾਂ। ਓਏ ਵਿਕਰਮ ਨੇ ਇੰਨੇ ਮਾਰਕਸ ਲੈ ਕੇ ਕਿਹੜਾ ਵੱਡੀਆਂ ਵੱਡੀਆਂ ਕੋਠੀਆਂ ਪਾ ਲੈਣੀਆਂ, ਖਬਰਦਾਰ ਜੇ ਮੇਰੇ ਮੁੰਡੇ ਨੂੰ ਕਿਸੇ ਨੇ ਕੁਛ ਕਿਹਾ ਤਾਂ। ਪੁੱਤਰ ਜੀ, ਆਪਾਂ ਜਿੱਥੇ ਜਾ ਰਹੇ ਹਾਂ ਨਾ, ਉੱਥੇ ਤੁਹਾਨੂੰ ਬਹੁਤ ਵੱਡੀ ਟਰਾਫੀ ਮਿਲਣੀ ਆ। ਮੈਨੂੰ ਵੀ ਸਰੂਪਾ ਮਿਲੇਗਾ? ਹਾਂ ਬਿਲਕੁਲ ਮਿਲੇਗਾ। ਕੀ ਹੋ ਗਿਆ? ਓ ਯਾਰ, ਤੂੰ ਸਵੇਰੇ ਤੇਲ ਨਹੀਂ ਸੀ ਚੈੱਕ ਕੀਤਾ? ਓ ਨਹੀਂ ਨਹੀਂ ਜੀ, ਤੇਲ ਤਾਂ ਪੂਰਾ ਹੈ, ਲੱਗਦਾ ਕੋਈ ਹੋਰ ਹੀ ਚੱਕਰ ਪੈ ਗਿਆ, ਸਮਝ ਨਹੀਂ ਆ ਰਹੀ। ਤੂੰ ਚੰਗਾ ਡਰਾਈਵਰ ਹੈ, ਹਰ ਚੀਜ਼ ਦਾ ਪਤਾ ਹੋਣਾ ਚਾਹੀਦਾ ਡਰਾਈਵਰ ਨੂੰ ਕਿ ਪ੍ਰੋਬਲਮ ਕੀ ਆ ਸਕਦੀ ਹੈ। ਕੋਈ ਨਾ ਜੀ, ਮੈਂ ਦੇਖਦਾ। ਹੱਦ ਹੈ, ਉੱਤੋਂ ਆ ਸਿਗਨਲ ਨਹੀਂ ਆ ਰਿਹਾ, ਕਿੱਥੇ ਫਸ ਗਏ ਹਾਂ। ਕੀ ਗੱਲ ਹੋ ਗਈ ਬਾਈ ਜੀ, ਗੱਡੀ ਖਰਾਬ ਹੋ ਗਈ? ਹਾਂਜੀ ਹਾਂਜੀ ਭਾਅ ਜੀ, ਸਮਝ ਨਹੀਂ ਆ ਰਹੀ। ਵੈਸੇ ਆ 10 ਕਿਲੋਮੀਟਰ ਤੱਕ ਮਕੈਨਿਕ ਹੈਗਾ ਜੀ, ਜੇ ਤੁਸੀਂ ਇਹਨਾਂ ਨੂੰ ਭੇਜ ਦਿਓ ਤਾਂ ਅਸੀਂ ਮਕੈਨਿਕ ਲੈ ਆਉਂਦੇ ਹਾਂ। ਜਾ ਤੋਂ ਵੈਸੇ ਤੁਸੀਂ ਜਾ ਕੇ ਇੱਧਰ ਨੂੰ ਰਹੇ ਹੋ ਜੀ? ਕੁਛ ਨਹੀਂ, ਆ ਨੇੜੇ ਜਾਣਾ ਆਪਾਂ, ਤੂੰ ਜਾ ਬਲਜੀਤ, ਜਲਦੀ ਜਾ ਕੇ ਕੋਈ ਮਕੈਨਿਕ ਲੈ ਕੇ ਆ। ਆਜੋ ਭਾਈ ਸਾਹਿਬ। ਆ ਤੇਰੇ ਨੈਟਵਰਕ ਠੀਕ ਆ ਰਿਹਾ? ਨਹੀਂ ਪਾਪਾ, ਮੇਰੇ ਵੀ ਨਹੀਂ ਆ ਰਿਹਾ। ਆ ਕੰਪਨੀ ਵਾਲੇ ਇੰਨਾ ਪੈਸਾ ਤਾਂ ਲੈ ਲੈਂਦੇ ਆ, ਪਰ ਸਰਵਿਸ ਨਹੀਂ ਠੀਕ ਇਹਨਾਂ ਦੀ। ਪਤਾ ਨਹੀਂ ਕੀ ਚੱਕਰ ਪੈ ਗਿਆ। ਬਾਬਾ ਜੀ, ਵੈਸੇ ਮੇਰਾ ਘਰ ਇੱਧਰ ਨੇੜੇ ਹੀ ਹੈ, ਜੇ ਤੁਸੀਂ ਰੈਸਟ ਕਰਨਾ ਤਾਂ ਕਰ ਲਓ, ਇੱਥੇ ਐਵੇਂ ਧੁੱਪ 'ਚ ਖੜੇ ਰਹੋਗੇ। ਓ ਨਹੀਂ ਨਹੀਂ ਡੈਡੀ, ਨਹੀਂ ਠੀਕ ਹੈ, ਚਲੋ ਭਾਜੀ। ਅਮਨ ਤੂੰ ਰੋਕ ਕੇ ਇੱਥੇ, ਖਿਆਲ ਰੱਖੀ, ਮੈਂ ਆਉਂਦਾ। ਚੰਗਾ ਡੈਡੀ, ਠੀਕ ਹੈ। ਆਓ ਵੀਰ ਜੀ। ਉਹ ਪੁੱਤਰ, ਹੁਣੇ ਬਲਜੀਤ ਗਿਆ ਮਕੈਨਿਕ ਨੂੰ ਲੈਣ ਵਾਸਤੇ, ਬਸ ਆ ਜਾਣਾ ਥੋੜੀ ਦੇਰ ਤੱਕ। ਤੁਸੀਂ ਸਾਡੇ ਘਰ ਆ ਜਾਓ, ਉਹ ਪਾਸ ਹੀ ਆ। ਉਹ ਨਹੀਂ ਕਾਕਾ, ਅਸੀਂ ਇੱਥੇ ਠੀਕ ਆ, ਤੁਸੀਂ ਜਾਓ ਆਪਣੇ ਘਰ। ਜ਼ਿਆਦਾ ਦੂਰ ਨਹੀਂ ਆ, ਉਹ ਦੇਖੋ ਤਾਂ ਤੁਸੀਂ ਆਰਾਮ ਨਾਲ ਬਹਿ ਜਾਓਗੇ। ਉਹ ਕਾਕਾ, ਤੈਨੂੰ ਇੱਕ ਵਾਰੀ ਕਹਿਤਾ ਨਾ, ਜਾ ਇੱਥੋਂ।
दादू जी अनु क्यों बजाया उठे उसदी कर एसी भी होएगा अपा आराम नाल बैठांगे ओ पुत्तर अपा एवें नहीं किसी दे घर आ जा सकदे नाले इना लोकां दा की भरोसा है ना पुत्त मैनु बस फिर भूख भी लगी है चला मिंदर मैं देनी है कुछ खाण नु इत्थे जंगलां च फस गए यार गर्मी उत्तों एड्डी है तेरे बाबा जी तेरी मम्मी जी तेरे डैडी जी ओ भी तो बैठे ने तो पूछ पहले जाके उन्होंने देख लिया पहला मेनू प्यास लगे तो पहला मैं ही पीवांगा वाह रब्बा चंगी माड़ी कीती आ ना जी रब माड़ी नहीं करदा वो तो सब नु प्यार करदा आलो तुसी होर पोर लसी बढ़िया सोनिया सोनिया गल्ला करदा पुत खेड़े स्कूल पढ़दा डैडी स्कूल डैडी स्कूल मेरे डैडी ओ मेरे उस्ताद भी ने मेरी मम्मी भी ने मेरे भरा भी ने मेरे दोस्त भी ने मेरे सब कुछ ने ਤੁਸੀਂ ਸਾਰੇ ਕਿੱਥੇ ਚੱਲੇ ਹੋ ਸਰੂਪਾ ਲੈਣ ਸਰੂਪਾ ਤੈਨੂੰ ਪਤਾ ਹੈ ਸਰੂਪਾ ਕਿਉਂ ਹੁੰਦਾ ਜਦ ਵਾਹਿਗੁਰੂ ਜੀ ਆਪਾਂ ਦੇ ਉੱਪਰ ਖੁਸ਼ ਹੁੰਦੇ ਹੈ ਤਾਂ ਆਪਾਂ ਨੂੰ ਇੱਕ ਪ੍ਰਾਈਜ਼ ਦਿੰਦੇ ਹੈ ਉਹਨੂੰ ਕਹਿੰਦੇ ਹੈ ਸਰੂਪਾ ਤੈਨੂੰ ਮਿਲਿਆ ਕਦੇ ਨਹੀਂ ਤਾਂ ਕਿੱਥੋਂ ਮਿਲਦਾ ਗੁਰਦੁਆਰੇ ਹੋਰ ਲਵੋਗੇ ਨਹੀਂ ਬਸ ਪੁੱਤਰ ਲੈ ਲੈ ਨਾ बाबा जी साढ़े घर भी आ जाओ मेरे ना कोई नाराजगी है जी बाबा जी मकैनिक आ गया गड्डी ताड़ी जल्दी ठीक हो जानी हम और ठीक ठाक हो
मुबारकां भाई, परमात्मा ने तेरे उत्ते बड़ी कृपा की है जो तेरी झोली एहो जी औलाद पाई है। किस्मत वाला है। गुरु दियां खुशियां दा प्रतीक है सिरोपा, ते खुशियां खरीदियां नहीं कमाईयां जांदियां ने। सोने दियां पालकियां दी नहीं, अज सोने वर्गे किरदारां नू सांभण दी लोड़ है। बख्शिश प्रेम है, ते प्रेम तो वड्डा सिरोपा होर कुछ भी नहीं। Thank you.